ਅਤੇ ਹਾਦਸਾ ਜੀ ਕੋਟਕਪੁਰੇ ਤੋਂ ਚੱਲ ਕੇ ਆ ਰਹੇ ਸੀ 8 ਵਜੇ 8:04 'ਤੇ, ਅਤੇ 8:45 ਟਾਈਮ 'ਤੇ ਪਹੁੰਚੇ। ਇਹਨੂੰ ਜਿਹੜੀ ਅੱਖ ਉੱਖ ਲੱਗ ਗਈ ਸੀ ਪੱਟੀਕਾ ਵਾਲੇ ਦੀ, ਅਤੇ ਇਹ ਤੋਂ ਗੱਡੀ ਰੁਕੀ ਨਹੀਂ, ਗੱਡੀ ਮੈਂ ਤਾਂ ਰੋਕ ਲਈ ਸੀ, ਗੱਡੀ ਖੜੀ ਕਿਤੇ ਸਵਾਰੀਆਂ ਦੀ ਬਚਾਅ ਹੋਇਆ, ਸਵਾਰੀਆਂ ਦਾ ਬਚਾਅ ਹੋਇਆ।